ਨਹੀਂ ਗੇਮ ਤਾਂ ਆਪਾਂ ਤਾਂ ਉਹ ਚੀਜ਼ ਨੂੰ ਉਹ ਨਹੀਂ ਪ੍ਰੇਅਰ ਕਹਿੰਦੇ ਹਾਂ, ਜਿਹੜਾ ਜੇ ਹੁਣ ਮੈਚ ਫਸ ਗਿਆ 10 ਮਿੰਟ ਇਕੱਲਾ ਕੌਡੀਆਂ ਪਾ ਦੇ ਜੀ, 2 ਕੌਡੀਆਂ ਪਾ ਕੇ ਤਾਂ ਕੋਈ ਰੇਡਰ ਸੁਪਰ ਸਟਾਰ ਨਹੀਂ ਹੋ ਸਕਦਾ। ਜੇ ਹੁਣ ਜਾਫੀ 1 ਜੱਫਾ ਲਾ ਕੇ ਜਾ ਕੇ ਚੈਨ 'ਚੋਂ ਬਾਹਰ ਬਹਿ ਗਿਆ ਉਹ ਵੀ ਸੁਪਰ ਸਟਾਰ ਨਹੀਂ ਹੁੰਦਾ। ਹੁਣ ਜੇ ਪਹਿਲੀ ਗੱਲ ਤੁਹਾਨੂੰ ਟਾਈਮ ਹੀ ਨਹੀਂ ਹੁੰਦਾ ਗਾ, 5-5, 4-4 ਕੌਡੀਆਂ ਆਉਂਦੀਆਂ, ਉਹ ਰੇਡਰ ਵੀ ਉਹਨੇ ਕੀ ਹੁੰਦੇ ਆ ਕਿ 1 ਕੌਡੀ ਆਉਂਦੀ ਹੈ। ਹਾਂ ਪਹਿਲਾਂ ਐਂ ਹੁੰਦਾ ਸੀ, ਰੇਡਰ ਅਗਲਾ ਕਹਿੰਦਾ ਕਹਿੰਦਾ ਵੀ ਮੈਚ ਇਹ ਅੜਿਆ ਮੈਚ ਕੱਢ ਜੂ, ਜੇ 10 ਤੋਂ 10 ਮੈਂ ਟਾਈਮ ਆ ਤਾਂ 1 ਕੌਡੀਆਂ ਪਾ ਦਿੰਦਾ, ਮੈਂ 20-5 20 ਪਾ ਦਿੰਦਾ। ਉਦੋਂ ਸਟੈਮਿਨਾ ਲੂਜ ਹੀ ਨਹੀਂ ਹੁੰਦਾ ਸੀ। ਤੁਸੀਂ ਲੰਮੀ ਕਬੱਡੀ ਖੇਡੀ ਆ, 20-5 20 ਦੀ 20 ਵਾਲੀ ਖੇਡੀ ਆ ਤੁਸੀਂ, ਉਹਨਾਂ ਨੂੰ ਤੁਸੀਂ ਗਗੜੇ ਵਾਲਿਆਂ ਦੀ ਇੰਟਰਵਿਊ ਧੰਨੇ ਉਹਨਾਂ ਦੀ ਵੀ ਕਰੀ ਹੈ ਜਾਂ ਕਿਤੇ ਕਰੀ ਆ, ਉਹਨਾਂ ਦੀ ਟੀਮ ਉਦੋਂ ਸਿਰਾ ਹੁੰਦੀ ਸੀ। ਉਹਨਾਂ ਦੇ ਜਾਫੀ ਜਿਹੜੇ ਸੀਗੇ ਉਹ ਜਦੋਂ ਮੈਰੀ ਸੀਗੀ ਕਰੰਟ ਦੀ ਗੇਮ, ਜਿੱਦਾਂ ਮੈਂ 20-5 20 ਕੌਡੀਆਂ ਪਾਈਆਂ ਜੀ ਉਹਨਾਂ ਦੇ ਉੱਪਰ, ਅਤੇ ਅਸੀਂ ਮੈਚ ਜਿੱਤ ਕੇ ਢਾਈਆਂ ਪੈਂਟਾਂ 'ਤੇ ਉਹਨਾਂ ਨੂੰ। ਨਹੀਂ ਵੈਸੇ ਉਹ ਟੀਮ ਬਹੁਤ ਤਕੜੀ ਹੋਈ ਆਪਣੀ, ਬਹੁਤ ਤਕੜੀ ਟੀਮ ਹੋਈ, ਵਧੀਆ ਟੀਮ ਹੋਈ ਆ। ਔਰ ਉਦੋਂ ਐਂ ਨਿੱਤ ਖੇਡਣ ਵਾਲੇ ਜੀ, ਹੁਣ ਨਿੱਤ 10 ਤੋਂ 10 ਤੋਂ ਘੱਟ ਦਾ ਟਾਈਮ ਕੋਈ ਦਿੰਦਾ ਹੀ ਨਹੀਂ ਸੀ, ਨਿੱਤ ਖੇਡਦੇ ਸੀਗੇ, ਨਾਲੇ ਟੀਮਾਂ ਬਹੁਤ ਹੁੰਦੀਆਂ ਸੀਗੀਆਂ। ਮੈਂ ਆਪਦੀ ਲਾਈਫ ਦੇ ਵਿੱਚ ਜਿੰਨਾ ਚਿਰ ਖੇਡਿਆ ਕੀ ਕਹਿਣਾ, ਕਿਤੇ ਇੱਕ ਅੱਧੇ ਥਾਂ ਟਰੈਕਟਰਾਂ ਦੀਆਂ ਲਾਈਟਾਂ ਜਗਾਈਆਂ ਹੋਣ, ਨਹੀਂ ਸਾਰਾ ਟਾਈਮ ਨਾਲ ਹੀ ਦਿਨ ਛਿਪਣ ਤੋਂ ਪਹਿਲਾਂ ਟੂਰਨਾਮੈਂਟ ਸਮਾਪਤ ਹੋ ਜਾਂਦੇ। ਉਦੋਂ ਜੀਪਾਂ 'ਤੇ ਜਾਂਦੇ ਸੀਗੇ ਹੌਲੀ ਹੌਲੀ, ਤਕਰੀਬਨ ਆਪਦਾ 1-1.5 ਘੰਟੇ 'ਚ ਘਰ ਪਹੁੰਚ ਜਾਂਦੇ, 2 ਘੰਟੇ 'ਚ ਵੱਧ ਤੋਂ ਵੱਧ ਜਦੋਂ ਦੂਰ ਜਾਣਾ ਖੇਡਣ, ਟਾਈਮ ਨਾਲ ਘਰ ਆ ਜਾਂਦਾ ਸੀ ਬੰਦਾ। ਹਾਂ ਉਹ ਵੀ ਕਿਤੇ ਨਾ ਕਿਤੇ ਕਬੱਡੀ ਦੇ ਵਿੱਚ ਇਹ ਵਰਲਡ ਕੱਪ ਤੋਂ ਬਾਅਦ ਸ਼ੁਰੂਆਤ ਹੋਈ ਆ ਹਨੇਰੇ ਦੀ, ਅਤੇ ਉਹ ਤਾਂ ਇੱਕ ਵਰਲਡ ਕੱਪ ਦੇ ਵਿੱਚ ਤਾਂ ਮਜਬੂਰੀ ਸੀ ਕਿ ਉਹਨਾਂ ਨੇ ਦਿਖਾਉਣੇ ਸੀ ਸ਼ਾਮ ਨੂੰ, ਬੰਦਾ ਫ੍ਰੀ ਹੋ ਕੇ ਬੰਦਾ ਟੀ ਵੀ 'ਤੇ ਵੀ ਦੇਖ ਸਕਦਾ, ਪਰਿਵਾਰ 5 ਵਜੇ ਤੋਂ ਬਾਅਦ ਕੰਮ ਵਾਲਾ ਉਹ, ਅਤੇ ਉਹਨਾਂ ਨੇ ਤਾਂ ਇੱਕ ਦਿਖਾਇਆ ਸੀ ਮਨੋਰੰਜਨ ਤੌਰ 'ਤੇ ਕਬੱਡੀ ਨੂੰ ਇੱਕ ਲੋਕਾਂ ਦੇ ਵਿੱਚ ਕਰੇਜ਼ ਵਧਾਉਣ ਦੇ ਲਈ, ਪਰ ਇਹ ਕਿਤੇ ਨਾ ਕਿਤੇ ਉਹ ਆਦਤ ਪੈ ਗਈ ਕਿ ਰਾਤ ਨੂੰ ਮੈਚ ਹੋਣ ਲੱਗ ਗਏ। ਨਹੀਂ ਇਹ ਬਰੋਬਰ ਸੱਟਾਂ, ਦੇਖੋ ਤੁਸੀਂ ਨਿੱਤ ਟੂਰਨਾਮੈਂਟ ਕੋਈ ਇਹੋ ਜਿਹਾ ਟੂਰਨਾਮੈਂਟ, ਕਈ ਵਾਰੀ ਗੱਲਾਂ ਸੁਣਦੇ ਹਾਂ ਆਪਾਂ ਜਾਂ ਕਈ ਵਾਰੀ ਕੋਈ ਜਿੱਦਾਂ ਸੋਸ਼ਲ ਮੀਡੀਆ 'ਤੇ ਦੇਖ ਲਈਦਾ, ਹਰ ਇੱਕ ਮੈਚ 'ਤੇ ਕਿਸੇ ਨਾ ਕਿਸੇ ਪਲੇਅਰ ਦੇ ਸੱਟ ਲੱਗਦੀ ਆ ਜਾਂ ਕੋਈ, ਸਾਰਿਆਂ ਦੇ ਤਕਰੀਬਨ ਗੱਟੀ ਤੁਸੀਂ ਦੇਖੋ ਵੀ ਪੱਟੀ ਹਰ ਇੱਕ ਦੇ ਲੱਗੀ ਆ। ਇਹਦੇ ਕਾਰਨ ਇਹ ਆ, ਜਦੋਂ ਵੈਦਰ ਰਾਤ ਨੂੰ ਠੰਡਾ ਹੋ ਜਾਂਦਾ, ਬੰਦਾ ਗਰਮ ਹੈ ਜਾਂ ਗੱਡੀ ਦੇ ਵਿੱਚ ਜਾ ਕੇ ਬਹਿ ਜਾਂਦੇ ਆ, ਉੱਥੇ ਹੀਟ ਲਾ ਲਈ, ਬਾਹਰ ਨਿਕਲੇ ਠੰਡਾ, ਉਹ ਸਰੀਰ ਦੇ ਫਿਰ ਸਾਈਡ ਇਫੈਕਟ ਤਾਂ ਹੁੰਦੇ ਹੀ ਆ ਜੀ। ਇਹ ਵੀ ਪੁਆਇੰਟ ਕਰਨ ਵਾਲੀ ਗੱਲ ਬੋਲੀ ਆ ਤੁਸੀਂ। ਹਾਂਜੀ, ਜਿਵੇਂ ਹੀਟ ਲਾ ਲਈ ਗੱਡੀ ਦੇ ਵਿੱਚ, ਬਾਹਰ ਨਿਕਲੇ ਜਦੋਂ ਮੈਚ ਨਿਕਲਿਆ, ਹਾਂ ਉਹ ਫਿਰ ਉਹ ਜਦੋਂ ਬਾਡੀ ਆ ਜਿਹੜੀ ਮਸਲ ਆ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਡੈਮੇਜ ਇੱਦਾਂ ਹੀ ਹੁੰਦੇ ਆ। ਰਾਤ ਨੂੰ ਤੁਸੀਂ ਦੇਖੋ ਇੰਨਾ ਲੋ ਟੈਂਪਰੇਚਰ ਹੁੰਦਾ, ਅਤੇ ਰਾਤ ਨੂੰ 12 ਵਜੇ ਕਿਤੇ ਵੇਖੀਦਾ ਸਵੇਰੇ ਉੱਠ ਕੇ ਵੀ, ਜਾਂ ਜਿਹੜੇ ਪੇਜ ਬਣੇ ਆ ਵੀ ਇਹਨਾਂ ਦਾ ਰਿਜ਼ਲਟ ਰਾਤ 12 ਵਜੇ ਮੈਚ ਨਿਬੜਿਆ, ਕਿਤੇ 1 ਵਜੇ ਨਿਬੜਿਆ। ਹਾਂ ਇਹ ਵੀ ਕਿਤੇ ਨਾ ਕਿਤੇ ਕਬੱਡੀ ਹਨੇਰੇ ਵੱਲ ਗਈ ਹੈਗੀ, ਹਨੇਰਾ ਆਉਣ ਕਰਕੇ। ਨਹੀਂ ਉਹਦੇ ਨਾਲ ਆਇਆ ਨਾ, ਇਹਨਾਂ ਦੀ ਲਾਈਫ ਖਰਾਬ ਹੋਈ ਜਾਂਦੀ ਆ ਜੀ, ਜਿਵੇਂ ਪਲੇਅਰਾਂ ਦੇ ਸੱਟਾਂ ਵੱਜੀ ਜਾਂਦੀਆਂ, ਉਹ ਫਿਰ ਕਾਂਡਮ ਹੋ ਜਾਂਦੇ ਆ। ਕਬੱਡੀ ਨੇ ਸਦਾ ਤਾਂ ਬੰਦੇ ਨੇ ਖੇਡਣਾ ਨਹੀਂ, ਨਾ ਹੀ ਸਦਾ ਖੇਡੀ ਜਾਂਦੀ ਹੈ। ਇਹ ਸਾਰੇ ਤਕਰੀਬਨ ਮੱਧ ਵਰਗੀ ਪਰਿਵਾਰ ਦੇ ਹੀ ਬੱਚੇ ਆ ਜਿਹੜੇ ਖੇਡਦੇ ਆ। ਹਰ ਇੱਕ ਨੇ ਜੇ ਕਬੱਡੀ ਖੇਡ ਕੇ ਹਡੂਰ ਕੇ ਨੇ ਖੇਤੀ ਦਾ ਕਰਨਾ, ਜੇ ਕੋਈ ਉੱਦਾਂ ਦਾ ਬੰਦਾ ਖੇਡਦਾ ਤਾਂ ਉਹਨੇ ਆਪਦਾ ਕੋਈ ਲੇਬਰ ਕਰਨੀ ਜਾਂ ਕੁਛ ਹੋਰ ਕਰਨਾ, ਆਪਦਾ ਕੰਮ ਤਾਂ ਕਰਨਾ ਹੀ ਹੈ। ਅਤੇ ਜਦੋਂ ਸਰੀਰ ਹੀ ਖਰਾਬ ਕਰ ਲਿਆ ਤਾਂ ਫਿਰ ਕਰੋਗੇ ਕੀ, ਫਿਰ ਕਬੱਡੀ ਤੋਂ ਕੀ ਲੈਣਾ, ਕੀ ਲੈਣਾ ਉਹਦੇ ਨਾਂ ਤੋਂ। ਉਹਦੇ ਸਰੀਰ ਨੂੰ ਸਹੀ ਰੱਖਣਾ ਚਾਹੀਦਾ, ਇਹ ਪਲੇਅਰਾਂ ਨੂੰ ਚਾਹੀਦਾ ਵੀ 8 ਵੱਜ ਗਏ ਅਸੀਂ ਤਾਂ ਨਹੀਂ ਖੇਡਦੇ ਜੀ, ਗੱਲ ਖਤਮ, ਅਸੀਂ ਤਾਂ ਆਪੋ ਚਾਪੋ ਆਪਣੇ ਘਰਾਂ ਨੂੰ ਚੱਲੇ। ਨਹੀਂ ਫਿਰ ਕਿਤੇ ਨਾ ਕਿਤੇ ਪਲੇਅਰ ਦੀ ਵੀ ਮਜਬੂਰੀ ਹੋ ਸਕਦੀ ਹੈਗੀ। ਨਹੀਂ ਇਹ ਪ੍ਰੈਸ਼ਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਜੀ, ਪਲੇਅਰਾਂ ਦਾ ਆਉਂਦਾ ਵੀ 1 ਟੂਰਨਾਮੈਂਟ ਨਾ ਖੇਡਣਗੇ, 2 ਨਾ ਖੇਡਣਗੇ। ਆਪਦਾ ਵੇਖਣਾ ਚਾਹੀਦਾ, ਪਲੇਅਰਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਨਾ ਇਹ ਵੀ ਸਾਡਾ ਰਾਤ ਨੂੰ ਜਾਣਾ ਆਉਣਾ ਜਾਂ ਕਰਨਾ, ਆਪਦੇ ਸਰੀਰ ਦਾ ਨੁਕਸਾਨ ਫਿਰ ਉਹਨਾਂ ਦਾ ਹੀ ਹੁੰਦਾ, ਪਲੇਅਰ ਦਾ ਹੀ ਹੁੰਦਾ ਜੀ। ਅਗਲਾ ਟੂਰਨਾਮੈਂਟ ਸਾਲ 'ਚ 1 ਵਾਰੀ 1 ਪਿੰਡ 'ਚ ਹੁੰਦਾ ਜੀ, ਅਤੇ ਪਲੇਅਰ ਨੇ ਸਾਰਾ ਸਾਲ ਖੇਡਣਾ, ਇਹ ਪਲੇਅਰਾਂ ਨੂੰ ਹੀ ਡਿਸੀਜਨ ਲੈਣਾ ਪੈਣਾ ਕੋਈ ਨਾ ਕੋਈ। ਅਤੇ ਗੁਰਮੀਤ ਜੀ ਤੁਸੀਂ ਸੱਚੀਆਂ ਗੱਲਾਂ ਬੋਲੀਆਂ ਨੇ, ਨੋਟ ਕਰਨ ਵਾਲੀਆਂ, ਪਲੇਅਰਾਂ ਨੂੰ ਵੀ ਇਸ ਗੱਲ 'ਤੇ ਅਮਲ ਕਰਨਾ ਚਾਹੀਦਾ।